ਪਹਾੜੀ ਇਲਾਕਿਆਂ 'ਚ ਜਾਣ ਵਾਲੇ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣ, ਜਿੱਥੇ ਹਰ ਪਾਸੇ ਹੀ ਤੋੜ ਫੋੜ ਤੇ ਤਬਾਹੀ ਦੀਆਂ ਤਸਵੀਰਾਂ ਨੇ। ਦਰਅਸਲ ਪਹਾੜੀ ਇਲਾਕਿਆਂ ਦੇ ਵਿੱਚ ਰੇਲਵੇ ਟਰੈਕ ਬਰਸਾਤ ਦੇ ਨਾਲ ਇਸ ਕਦਰ ਪ੍ਰਭਾਵਿਤ ਹੋਏ ਨੇ ਕਿ ਇਹਨਾਂ ਦੀ ਮੁਰੰਮਤ ਕਰਨੀ ਪੈ ਰਹੀ ਹੈ। ਪਰ ਇੱਥੇ ਦੱਸ ਦਈਏ ਕਿ ਇਸ ਰੇਲਵੇ ਟਰੈਕ ਦੇ ਖਰਾਬ ਹੋਣ ਦੇ ਨਾਲ ਪਹਾੜੀ ਇਲਾਕੇ ਵੱਲ ਆਉਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਤਸਵੀਰਾਂ ਸ਼ਿਮਲਾ ਕਾਲਕਾ ਰੇਲਵੇ ਟਰੈਕ ਦੀਆਂ ਨੇ, ਜਿੱਥੇ ਬਰਸਾਤ ਦੇ ਨਾਲ ਇਸ ਕਦਰ ਨੁਕਸਾਨ ਹੋਇਆ ਹੈ ਕਿ ਰੇਲਵੇ ਟਰੈਕ ਦੀ ਮੁਰੰਮਤ ਕਰਨੀ ਪੈ ਰਹੀ ਹੈ। ਇੰਨਾ ਹੀ ਨਹੀਂ, ਇੱਥੇ ਬਣੇ ਇੱਕ ਬ੍ਰਿਜ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਮੁੜ ਤੋਂ ਬਣਾਉਣਾ ਪੈ ਰਿਹਾ ਹੈ, ਜਿਸ ਕਰਕੇ ਇੱਥੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਜਿਹੜੇ ਸੈਲਾਨੀ ਪਹਾੜੀ ਇਲਾਕਿਆਂ ਦੇ ਵਿੱਚ ਪਹੁੰਚੇ ਹੋਏ ਨੇ ਉਹ ਵੀ ਹੁਣ ਉੱਥੇ ਫਸ ਗਏ ਨੇ, ਵਾਪਸ ਨਹੀਂ ਆ ਸਕਦੇ। ਤੇ ਜੋ ਲੋਕ ਇੱਥੋਂ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਵੀ ਆਪਣੀ ਬੁਕਿੰਗ ਹੁਣ ਕੈਂਸਲ ਕਰਵਾਉਣੀ ਪੈ ਰਹੀ ਹੈ, ਕਿਉਂਕਿ ਟ੍ਰੇਨਾਂ ਰੱਦ ਹੋ ਚੁੱਕੀਆਂ ਨੇ, ਜਿਸ ਕਰਕੇ ਸ਼ਿਮਲਾ ਨੂੰ ਕੋਈ ਵੀ ਟ੍ਰੇਨ ਨਹੀਂ ਜਾ ਰਹੀ ਹੈ। ਸੋ ਜੇਕਰ ਸ਼ਿਮਲਾ ਜਾਣ ਦਾ ਤੁਸੀਂ ਵੀ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੱਕ ਵਾਰ ਅਪਡੇਟ ਜ਼ਰੂਰ ਲੈ ਲੈਣਾ, ਕਿਉਂਕਿ ਇੱਥੇ ਰੇਲਵੇ ਟਰੈਕ ਬੁਰੀ ਤਰ੍ਹਾਂ ਦੇ ਨਾਲ ਮੀਂਹ ਨਾਲ ਪ੍ਰਭਾਵਿਤ ਹੋਏ ਨੇ, ਇਹਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਰੇਲ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਪਈ ਹੈ। ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਜਾਏ ਇਸ ਲਈ ਸਾਰੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਟਰੈਕ ਤੇ ਸ਼ਿਮਲਾ ਨੂੰ ਆਉਣ ਵਾਲੀਆਂ 7 ਟ੍ਰੇਨਾਂ ਨੇ ਤੇ 7 ਦੀਆਂ 7 ਟ੍ਰੇਨਾਂ ਹੀ ਰੱਦ ਹੋ ਚੁੱਕੀਆਂ ਨੇ। ਇਸ ਦਾ ਸਭ ਤੋਂ ਵੱਧ ਪ੍ਰਭਾਵ ਪਹਾੜੀ ਇਲਾਕੇ 'ਚ ਜਾਣ ਵਾਲੇ ਸੈਲਾਨੀਆਂ ਤੇ ਪੈ ਰਿਹਾ ਹੈ, ਜਿਨ੍ਹਾਂ ਨੇ ਬੁਕਿੰਗ ਕਰਵਾਈ ਸੀ ਉਹਨਾਂ ਨੂੰ ਕੈਂਸਲ ਕਰਵਾਉਣੀ ਪੈ ਰਹੀ ਹੈ, ਤੇ ਜੋ ਪਹਾੜੀ ਇਲਾਕਿਆਂ 'ਚੋਂ ਵਾਪਸ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸੀ ਤਾਂ ਉਹ ਵੀ ਉੱਥੇ ਹੀ ਫਸ ਗਏ ਨੇ। ਫਿਲਹਾਲ ਇਸ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਕਿੰਨੇ ਦਿਨ ਚੱਲੇਗਾ ਇਹ ਅਜੇ ਤੱਕ ਸਾਫ਼ ਨਹੀਂ ਹੋ ਪਾਇਆ ਹੈ, ਪਰ ਇੱਥੇ ਰੇਲਵੇ ਵਿਭਾਗ ਨੂੰ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਮੁਰੰਮਤ ਕਰਵਾ ਕੇ ਰੇਲ ਆਵਾਜਾਈ ਬਹਾਲ ਕੀਤੀ ਜਾਏ। ਮੈਂ ਵੀਰਿੰਦਰ ਠਾਕੁਰ, ਯਹਾਂ ਸੇ ਸਥਾਨੀਯ ਪਾਰਸ਼ਦ। ਸਰ ਬਤਾਏਂਗੇ ਜੋ ਇਹ ਰੇਲਵੇ ਨੇ ਯਹਾਂ ਪੇ ਟ੍ਰੇਨ ਆਵਾਜਾਈ ਬੰਦ ਕੀ ਹੈ, ਕਿਆ ਕਾਰਨ ਹੈ, ਕਿਸ ਵਜ੍ਹਾ ਸੇ ਹੈ? ਯੇ ਐਕਚੁਲੀ ਆਪ ਜਾਣਤੇ ਹੈਂ ਕਿ ਪਿਛਲੇ ਸਾਲ ਜੋ ਇਹ 14 ਅਗਸਤ ਕੋ ਯਹਾਂ ਸੰਮੇਲਨ ਮੇਂ ਬੜੀ ਇੱਕ ਆਪਦਾ ਆਈ ਥੀ, ਉਸਮੇਂ ਇਹ ਰੇਲਵੇ ਬ੍ਰਿਜ ਜੋ ਹੈ ਪੂਰੀ ਤਰ੍ਹਾਂ ਸੇ ਖਤੀਗ੍ਰਸਤ ਹੋ ਗਿਆ ਥਾ। ਉਸਕੇ ਬਾਅਦ ਇਸਕਾ ਟੈਂਪਰੇਰੀ ਰਿਸਟੋਰੇਸ਼ਨ ਇਸਕੋ ਕੀਆ ਗਿਆ, ਰਿਸਟੋਰ ਕੀਆ ਗਿਆ, ਔਰ ਵੋ ਟੈਂਪਰੇਰੀ ਲੈਵਲ ਪਰ ਉਸਮੇਂ ਇੱਕ ਲੋਹੇ ਕਾ ਬ੍ਰਿਜ ਇਹਨਾਂ ਨੇ ਬਣਾਇਆ ਹੈ। ਅਭੀ ਉਸਮੇਂ ਕੁਛ ਹਲਕੀ ਸੀ ਕੋਨੇ ਮੇਂ ਖਰਾਬੀ ਆ ਚੁੱਕੀ ਹੈ, ਔਰ ਉਸਕੀ ਵਜ੍ਹਾ ਸੇ ਟੈਕਨੀਕਲੀ ਵਿਊ ਸੇ ਇਹਨਾਂ ਨੇ ਜੋ ਇਸਕੋ ਬੰਦ ਕੀਆ ਹੈ, ਪਰ ਉਸਮੇਂ ਅਭੀ ਇਹਨਾਂ ਨੇ ਇੱਕ ਨਯਾ ਕਾਮ ਵੀ ਸ਼ੁਰੂ ਕਰ ਦਿਆ ਕਿ ਜਿਸਕੋ RCC ਕਰਨਾ ਚਾਹ ਰਹੇ ਹੈ, RCC ਬ੍ਰਿਜ ਬਣੇਗਾ, ਪੱਕਾ ਬਣੇਗਾ। ਤੋ ਅਭੀ ਜੋ ਪਿਛਲੇ ਕੱਲ੍ਹ ਇਸਮੇਂ ਕੁਛ ਪ੍ਰੋਬਲਮ ਆਈ ਹੈ, ਤੋ ਸਾਰੀ ਟ੍ਰੇਨੇ ਹੀ ਜੋ ਹੈ ਰੱਦ ਕਰ ਦੀ ਗਈ ਹੈ, ਕਿਉਂਕਿ ਇਹ ਕੋਈ ਰਿਸਕ ਨਹੀਂ ਲਿਆ ਸਕਦਾ। ਲੇਕਿਨ ਫਿਰ ਵੀ ਹਮ ਰੇਲਵੇ ਪ੍ਰਸ਼ਾਸਨ ਸੇ ਮੰਗ ਕਰੇਗੇ ਕਿ ਇਸਕੋ ਜਲਦ ਸੇ ਜਲਦ ਯਹਾਂ ਪਰ ਸ਼ੁਰੂ ਇਸਕੋ ਦਰੁਸਤ ਕੀਆ ਜਾਏ, ਔਰ ਟ੍ਰੇਨੋਂ ਕੀ ਆਵਾਜਾਈ ਕੋ ਸ਼ੁਰੂ ਕੀਆ ਜਾਏ।